ਹੈਲੋ ਜੀ ਸਤਿ ਸ੍ਰੀ ਅਕਾਲ ਪਿੰਡ ਪੰਜਾਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਬਣਾ ਰਹੇ ਹਾਂ ਜਰਦਾ ਚੌਲ ਜਾਨੀ ਕਿ ਮਿੱਠੇ ਰੰਗ ਵਾਲੇ ਚੌਲ ਜੋ ਕਿ ਲਹਿੰਦੇ ਪੰਜਾਬ ਦੀ ਰੈਸਪੀ ਹੈਗੀ ਲਹਿੰਦਾ ਪੰਜਾਬ ਹੋਵੇ ਚਾਹੇ ਚੜ੍ਹਦਾ ਪੰਜਾਬ ਇਹ ਰੈਸਪੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬਣਾਏ ਜਾਂਦੇ ਨੇ ਇਹ ਚਾਵਲ ਅੱਜ ਅਸੀਂ ਬਣਾ ਰਹੇ ਹਾਂ ਇਹਦੇ ਵਾਸਤੇ ਜੋ ਜੋ ਸਾਨੂੰ ਸਮਾਨ ਚਾਹੀਦਾ ਆਪਾਂ ਉਹ ਵੇਖ ਲੈਂਦੇ ਹਾਂ ਅਤੇ ਮੈਂ ਚਾਵਲ ਲੈਣੇ ਬਾਸਮਤੀ ਚਾਵਲ ਨੇਗੇ ਇਹਨਾਂ ਨੂੰ ਮੈਂ ਡੇਢ ਘੰਟਾ ਪਾਣੀ ਦੇ ਵਿੱਚ ਭਿਉਂ ਕੇ ਰੱਖ ਲਿਆ ਸੀ ਚੰਗੀ ਤਰ੍ਹਾਂ ਸਾਫ਼ ਕਰਕੇ ਭਿਉਂ ਲਏ ਸੀ ਹੁਣ ਇਹਨਾਂ ਦਾ ਜਿਹੜਾ ਪਾਣੀ ਆ ਉਹ ਬਾਹਰ ਕੱਢ ਦਿੱਤਾ ਇਹ ਚਾਵਲ ਨੇ ਮੈਂ ਜਿਹੜੀ ਇਹ ਗੜਬੀ ਨਾਲ ਇਹਨਾਂ ਮੈਜਰਮੈਂਟ ਕਰਿਆ ਹੈ ਗੜਬੀ ਭਰ ਕੇ ਮੈਂ ਪਾਏ ਨੇ ਅਤੇ ਜਿਹੜੀ ਇਹ ਚੀਨੀ ਹੈਗੀ ਇਹ ਜਿੰਨੇ ਆਪਾਂ ਚਾਵਲ ਪਾਏ ਉਦੋਂ ਮੈਂ ਥੋੜ੍ਹੀ ਜਿਹੀ ਘੱਟ ਲਈ ਹੈ ਜੇ ਤੁਸੀਂ ਮਿੱਠਾ ਤੇਜ ਖਾਂਦੇ ਹੋ ਤਾਂ ਇਹ ਜਿੰਨੇ ਚਾਵਲ ਨੇ ਉਨੀ ਚੀਨੀ ਲੈ ਸਕਦੇ ਹੋ ਇਹਦੇ ਵਿੱਚ ਪਾਉਣ ਵਾਸਤੇ ਡਰਾਈ ਫਰੂਟਸ ਨੇ ਇਹ ਹੈਗੇ ਨੇ ਗੀਆਂ ਦਾਖਾਂ ਨੇ ਕਾਜੂ ਨੇ ਬਦਾਮ ਨੇ ਇਹ ਥੋੜ੍ਹਾ ਖੋਪਾ ਲਿਆ ਗਾ ਯਾਨੀ ਕਿ ਨਾਰੀਅਲ ਇਹ ਹੈਗੇ ਟੂਟੀ ਫਰੂਟੀ ਜਿਹਨੂੰ ਤੁਸੀਂ ਚੈ ਆਪਾਂ ਚੈਰੀ ਵੀ ਕਹਿ ਸਕਦੇ ਹਾਂ ਇਹੋ ਲਈ ਹੈ ਵੀ ਇਹ ਦੇਸੀ ਘਿਓ ਹੈਗਾ ਅਤੇ ਇਹਨੂੰ ਰੰਗ ਦੇਣ ਵਾਸਤੇ ਇਹ ਮੈਂ ਪੀਲਾ ਰੰਗ ਲਿਆ ਹੈਗਾ ਇਹ ਤੁਸੀਂ ਨਿਊਕੜ ਵੀ ਲੈ ਸਕਦੇ ਹੋ ਇਹ ਮੇਰੇ ਕੋਲ ਸੁੱਕਾ ਰੰਗ ਹੈ ਡਰਾਈ ਹੈ ਤਾਂ ਮੈਂ ਇਹ ਵਰਤੋਂ ਕਰੂੰਗੀ ਤੋਂ ਪਹਿਲਾਂ ਜਿਹੜਾ ਮੈਂ ਪਾਣੀ ਹੈਗਾ ਇਹ ਗਰਮ ਕਰਨ ਵਾਸਤੇ ਰੱਖ ਦਿੱਤਾ ਹੈਗਾ ਇਹ ਜਿਹੜਾ ਆਪਾਂ ਪਾਣੀ ਲੈਣਾ ਜਿੰਨੇ ਆਪਣੇ ਚਾਵਲ ਨੇ ਉਸ ਤੋਂ ਕਾਫ਼ੀ ਜ਼ਿਆਦਾ ਮਾਤਰਾ ਵਿੱਚ ਲੈਣਾ ਹੈਗਾ ਯਾਨੀ ਕਿ ਇੱਕ ਹਿੱਸਾ ਜੇ ਚਾਵਲ ਦਾ 3/4 ਹਿੱਸੇ ਨੇ ਜਿਹੜੇ ਪਾਣੀ ਦੇ ਪਾਣੀ ਨੇ ਤਾਂ ਹੀ ਇਹ ਜਿਹੜਾ ਆਪਣਾ ਚਾਵਲ ਹੈ ਚੰਗੀ ਤਰ੍ਹਾਂ ਪੱਕੂਗਾ ਹੁਣ ਅਸੀਂ ਇਹਦੇ ਵਿੱਚ ਇਹ ਰੰਗ ਪਾ ਦਾਂਗੇ ਆਪਣਾ ਇਹਨੂੰ ਤੁਸੀਂ ਫੂਡ ਕਲਰ ਕਹਿ ਕੇ ਤੁਸੀਂ ਲੈ ਸਕਦੇ ਹੋ ਹੁਣ ਅਸੀਂ ਜਿਹੜਾ ਇਹ ਨਾਰੀਅਲ ਕੱਟਿਆ ਸੀਗਾ ਇਹ ਵੀ ਵਿੱਚ ਪਾ ਦਾਂਗੇ ਕਿਉਂਕਿ ਫਰੈਂਡਸ ਥੋੜ੍ਹਾ ਜਿਹਾ ਸਖ਼ਤ ਹੁੰਦਾ ਹੈਗਾ ਇਹ ਚਾਵਲ ਦੇ ਵਿੱਚ ਹੀ ਪੱਕ ਜੂਗਾ ਹੁਣ ਅਸੀਂ ਜਿਹੜੇ ਸਾਡੇ ਭਿਉਂਤੇ ਹੋਏ ਨੇ ਇਹ ਚਾਵਲ ਪਾ ਦਾਂਗੇ ਅਸੀਂ ਇਹਨੂੰ ਚੰਗੀ ਤਰ੍ਹਾਂ ਉਬਲਣ ਦੇਵਾਂਗੇ ਮੈਂ ਤੁਹਾਨੂੰ ਦੱਸਦੀ ਹਾਂ ਵੀ ਇਹ ਕਿੰਨਾ ਟਾਈਮ ਤੱਕ ਪਕਾਉਣੇ ਨੇ ਥੋੜ੍ਹੇ ਇਹਨੂੰ ਪਹਲਾ ਦਾਂਗੇ ਬਸ ਹਲਾਉਣ ਤੋਂ ਬਾਅਦ ਇਹਨਾਂ ਨੂੰ ਆਪਾਂ ਪੱਕਣ ਦੇਵਾਂਗੇ ਜੇ ਪਹਿਲੀ ਵਾਰ ਮੇਰੇ ਚੈਨਲ ਤੋਂ ਆਏ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਮੇਰੀਆਂ ਵੀਡੀਓ ਤੁਹਾਨੂੰ ਪਸੰਦ ਆਉਂਦੀਆਂ ਨੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਤੁਹਾਨੂੰ ਪਤਾ ਹੀ ਇਸ ਚੈਨਲ ਦਾ ਨਾਮ ਹੈਗਾ ਪਿੰਡ ਪੰਜਾਬ ਦੇ ਇਸ ਚੈਨਲ 'ਤੇ ਅਸੀਂ ਤੁਹਾਨੂੰ ਪੰਜਾਬੀ ਸੱਭਿਆਚਾਰ ਯਾਨੀ ਕਿ ਪੰਜਾਬੀ ਕਲਚਰ ਰਿਲੇਟਡ ਵੀਡੀਓ ਦਿਖਾਵਾਂਗੇ ਜਿਹਦੇ ਵਿੱਚ ਸਾਡੀ ਆਪਣੀ ਜੀਵਨ ਸ਼ੈਲੀ ਆ ਉਹ ਪੰਜਾਬੀਆਂ ਦੀ ਵੀ ਕੀ ਉਹਨਾਂ ਦਾ ਰਹਿਣ ਸਹਿਣ ਹੈ ਕੀ ਉਹਨਾਂ ਦਾ ਪਹਿਰਾਵਾ ਕੀ ਉਹਨਾਂ ਦਾ ਫੂਡ ਹੈ ਕਿਵੇਂ ਨੇ ਉਹਨਾਂ ਦੀ ਲਾਈਫ ਹੈ ਕੀ ਉਹਨਾਂ ਦਾ ਜਿਹੜਾ ਜ਼ਿੰਦਗੀ ਜਿਉਣ ਦਾ ਢੰਗ ਹੈ ਇਹਦੇ ਵਿੱਚ ਹਰ ਇੱਕ ਤਰ੍ਹਾਂ ਦੀ ਆਪਾਂ ਵੀਡੀਓ ਅਪਲੋਡ ਕਰਾਂਗੇ ਚਲੋ ਜੀ ਆਪਾਂ ਬਣਾਉਣੇ ਚੌਲ ਦੇਖਦੇ ਹਾਂ ਇਹ ਕਿੰਨਾ ਕੁ ਟਾਈਮ ਲੈਂਦੇ ਨੇ ਪੱਕਣ ਫਰੈਂਡਸ ਜਿਹੜੇ ਸਾਡੇ ਚਾਵਲ ਨੇ ਇਹ ਉਬਲਣੇ ਸ਼ੁਰੂ ਹੋ ਗਏ ਮੈਂ ਤੁਹਾਨੂੰ ਦਿਖਾਉਂਦੀ ਹਾਂ ਵੀ ਇਹ ਆਪਾਂ ਕਿੰਨੇ ਪਕਾਉਣੇ ਨੇ ਜਦੋਂ ਆਪਾਂ ਇਹ ਭੰਨ ਕੇ ਦੇਖਾਂਗੇ ਤਾਂ ਇਹ ਬਿਲਕੁਲ ਇਹ ਆਰਾਮ ਨਾਲ ਵੀ ਫਿੱਸਣੇ ਚਾਹੀਦੇ ਅਤੇ ਬਿਲਕੁਲ ਇਹ ਕੱਚੇ ਵੀ ਨਹੀਂ ਹੋਣੇ ਚਾਹੀਦੇ ਵੀ ਇਹ ਸਾਡੇ ਭੰਨੇ ਤੋਂ ਸਾਡੇ ਫੁੱਟਣ ਵੀ ਨਾ ਯਾਨੀ ਕਿ ਜੇ ਆਪਾਂ ਕਹੀਏ ਤਾਂ ਇਹਨਾਂ ਨੂੰ ਆਪਾਂ ਜਿਹੜਾ ਕਿ 70% ਪਕਾਉਣਾ ਹੈਗਾ 30% ਆਪਾਂ ਅਸੀਂ ਇਹਨਾਂ ਨੂੰ ਥੋੜ੍ਹਾ ਜਿਹਾ ਇੱਕ ਕਲੀ ਕੱਚਾ ਰੱਖਾਂਗੇ ਉਹ ਅਸੀਂ ਦਮ 'ਤੇ ਪਕਾਵਾਂਗੇ ਬਾਅਦ ਵਿੱਚ ਜਦੋਂ ਦੇਸੀ ਘੀ ਦਾ ਤੜਕਾ ਲਾ ਤਾ ਥੋੜ੍ਹਾ ਸੇਕ ਅਸੀਂ ਇਹਨੂੰ ਹੋਰ ਲਵਾ ਲਈ ਫਿਰ ਥੱਲੇ ਉਤਾਰਨਾ ਸਾਡੇ ਚਾਵਲ ਨੇ ਇਹ ਪੱਕ ਚੁੱਕੇ ਨੇ ਬਸ ਅਸੀਂ ਇਹਨਾਂ ਨੂੰ ਇੰਨਾ ਹੀ ਪਕਾਉਣਾ ਇਸ ਤੋਂ ਜ਼ਿਆਦਾ ਨਹੀਂ ਪਕਾਉਣਾ ਜੇ ਆਪਾਂ ਇਸ ਤੋਂ ਜ਼ਿਆਦਾ ਪਕਾ ਦਾਂਗੇ ਫਿਰ ਇਹ ਟੁੱਟਣ ਲੱਗ ਜਾਣਗੇ ਹੁਣ ਅਸੀਂ ਆਪਣੇ ਇੰਡਕਸ਼ਨ ਆ ਜਿਹੜਾ ਮਤਲਬ ਕਿ ਇਹਦਾ ਫਲੇਮ ਹੈ ਇਹ ਬੰਦ ਕਰ ਦਾਂਗੇ ਇਹਨਾਂ ਦਾ ਮੈਂ ਪਾਣੀ ਆ ਜਿਹੜਾ ਉਹ ਅਲੱਗ ਕਰਤਾ ਯਾਨੀ ਕਿ ਚਾਵਲ ਨੇ ਇਹ ਆਪਾਂ ਇਹ ਕੱਢ ਲਏ ਦੇਖੋ ਫਰੈਂਡਸ ਇਹ ਬਿਲਕੁਲ ਖਿਲੇ ਖਿਲੇ ਚਾਵਲ ਨੇ ਜੇ ਆਪਾਂ ਇਦੋਂ ਵੱਧ ਇਹਨਾਂ ਨੂੰ ਕੁੱਕ ਕਰ ਲੈਂਦੇ ਤਾਂ ਇਹ ਟੁੱਟਣੇ ਸ਼ੁਰੂ ਹੋ ਜਾਂਦੇ ਇਹ ਜਿਹੜਾ ਮੈਂ ਪਤੀਲਾ ਗਿਆ ਰੱਖ ਲਿਆ ਗਿਆ ਇੰਡਕਸ਼ਨ 'ਤੇ ਹੁਣ ਅਸੀਂ ਇਹਦੇ ਵਿੱਚ ਦੇਸੀ ਘੀ ਪਾ ਦਾਂਗੇ ਦੇਸੀ ਘੀ ਪਾਉਣ ਤੋਂ ਬਾਅਦ ਜਦੋਂ ਇਹ ਗਰਮ ਹੋ ਗਿਆ ਇਹ ਮੇਰੇ ਕੋਲ ਵੱਡੀਆਂ ਇਲਾਇਚੀਆਂ ਨੇ ਪਾਉਂਗੀ ਬਾਅਦ 'ਚ ਮੈਂ ਕੱਢੂੰ ਬਸ ਸਿਰਫ ਇਹਦੀ ਜਿਹੜੀ ਖੁਸ਼ਬੂ ਆ ਇਲਾਇਚੀ ਦੀ ਉਹ ਇਹਦੇ ਵਿੱਚ ਆ ਜੀ ਬਾਅਦ 'ਚ ਆਪਾਂ ਇਹਨਾਂ ਨੂੰ ਚੌਲਾਂ 'ਚੋਂ ਕੱਢ ਦਾਂਗੇ ਤੇਰਾ ਆਪਾਂ ਕਿ ਐਵੇਂ ਪਕਾ ਲੈਂਦੇ ਹਾਂ ਚੰਗੀ ਤਰ੍ਹਾਂ ਨਾਲ ਪੱਕਣ ਦੇਵਾਂਗੇ ਸਾਡੀਆਂ ਇਲਾਇਚੀਆਂ ਇਹਨੂੰ ਸੇਕ ਲੱਗ ਗਿਆ ਹੁਣ ਜਿਹੜੇ ਅਸੀਂ ਬਦਾਮ ਅਤੇ ਕਾਜੂ ਪਾ ਦਾਂਗੇ ਵਿੱਚ ਆਹ ਦਾਖਾਂ ਨਹੀਂ ਪਾਉਣੀਆਂ ਸੌਫਟ ਨੇ ਆਪਾਂ ਫੇਰ ਪਾ ਦਾਂਗੇ ਪਾ ਦਾਂਗੇ ਨਾਲ ਹੀ ਆਪਣੀ ਤੇਲ 'ਚ ਅੱਧਾ ਕੁ ਗਲਾਸ ਪਾਣੀ ਦਾ ਪਾ ਦਾਂਗੇ
ਜਿਹੜਾ ਮੈਂ ਇਹ ਪਾਣੀ ਪਾਇਆ ਇਹ ਸਿੰਪਲ ਪਾਣੀ ਹੋਈ ਪਾਇਆ ਜਿਹੜਾ ਤੁਹਾਨੂੰ ਇਹ ਪੀਲਾ ਰੰਗ ਦਿਸ ਰਿਹਾ ਹੈਗਾ ਇਹ ਪੀਲਾ ਤਾਂ ਹੋ ਗਿਆ ਮੇਰਾ ਥੋੜ੍ਹਾ ਜਿਹਾ ਰੰਗ ਵਾਲਾ ਹੱਥ ਲੱਗ ਗਿਆ ਪਾਣੀ 'ਚ ਸਿੰਪਲ ਹੀ ਪਾਉਣਾ ਫਰੈਂਡਸ ਜਿਹੜੀ ਇਹ ਆਪਣੀ ਜੋ ਚੀਨੀ ਘੁਲ ਗਈ ਉਹਦੀ ਪਾਣੀ ਉਹ ਜੇ ਚਾਵਲ ਪਾ ਦਾਂਗੇ ਜੇ ਆਪਾਂ ਜ਼ਿਆਦਾ ਇਹਨੂੰ ਚਾਸਣੀ ਬਣਾਵਾਂਗੇ ਜਿਹੜੇ ਸਾਡੇ ਚਾਵਲ ਨੇ ਉਹ ਚੀੜੇ ਹੋ ਜਾਣਗੇ ਇਹ ਉੱਬਲ ਲੱਗ ਗਏ ਹੁਣ ਅਸੀਂ ਜਿਹੜੀ ਆਪਣੀ ਇਲਾਇਚੀਆਂ ਪਾਈਆਂ ਸੀ ਉਹ ਬਾਹਰ ਕੱਢ ਲਾਂਗੇ ਚਾਵਲ ਪਾ ਦਾਂਗੇ ਜਿਹੜਾ ਆਪਾਂ ਚਾਵਲ ਕੁੱਕ ਕਰੇ ਨੂੰ ਪਾ ਦਾਂਗੇ ਇਹਦੇ ਨਾਲ ਬਿਲਕੁਲ ਮਿਕਸ ਕਰਾਂਗੇ ਬਿਲਕੁਲ ਹਲਕੇ ਹੱਥ ਦੇ ਨਾਲ ਜ਼ਿਆਦਾ ਜ਼ੋਰ ਨਹੀਂ ਲਾਉਣਾ ਜੇ ਤੁਸੀਂ ਦੱਬ ਕੇ ਕਈ ਵਾਰ ਉਹ ਕਰਦੇ ਟੁੱਟਣ ਲੱਗ ਜਾਣਗੇ ਫਿਰ ਅਤੇ ਅਸੀਂ ਇਸ ਤਰ੍ਹਾਂ ਹੀ ਹਾਈ ਫਲੇਮ 'ਤੇ ਪਕਾਵਾਂਗੇ ਜਦੋਂ ਇਹਦਾ ਜਿਹੜਾ ਵਿਚਲਾ ਇਹ ਪਾਣੀ ਆ ਜਿਹੜਾ ਖਤਮ ਹੋ ਗਿਆ ਸਾਰਾ ਉਸ ਤੋਂ ਬਾਅਦ ਅਸੀਂ ਇਹਨੂੰ ਦਮ ਦੇਵਾਂਗੇ ਜਾਣੀ ਕਿ ਭਾਫ 'ਤੇ ਪਕਾਵਾਂਗੇ ਫਰੈਂਡਸ ਜਿਹੜਾ ਇਹ ਪਾਣੀ ਪਾਇਆ ਸੀ ਅਸੀਂ ਮਤਲਬ ਕਿ ਚੀਨੀ ਵਾਲਾ ਉਹ ਤਕਰੀਬਨ ਖਤਮ ਹੀ ਹੋ ਚੁੱਕਿਆ ਥੋੜ੍ਹਾ ਥੋੜ੍ਹਾ ਦਿਸਦਾ ਬਸ ਇਸ ਸਟੇਜ ਦੇ ਉੱਤੇ ਅਸੀਂ ਇਹਨੂੰ ਢੱਕ ਦਾਂਗੇ ਅਤੇ ਜਿਹੜਾ ਇੱਕ ਮਿੰਟ ਆ ਇਹਨੂੰ ਫਲੇਮ ਨੂੰ ਬਿਲਕੁਲ ਸਿਮ ਕਰ ਦਾਂਗੇ ਉਸ ਤੋਂ ਬਾਅਦ ਅਸੀਂ ਢੱਕ ਕੇ ਜਦੋਂ ਤੁਹਾਨੂੰ ਦਿਸਣਾ ਲੱਗੇ ਜਿਹੜੇ ਹਲਕੇ ਹਲਕੇ ਆ ਪਾਣੀ ਦੇ ਦਿਸਦੇ ਨੇ ਨਾ ਫੁੱਲ ਫਲੇਮ ਇੱਕ ਮਿੰਟ ਕੈਮਰਾ ਨੇੜੇ ਲਾ ਲਈ ਜਿਹੜਾ ਹਲਕਾ ਹਲਕਾ ਤੁਹਾਨੂੰ ਉਹ ਪਾਣੀ ਨਜ਼ਰ ਆ ਰਿਹਾ ਹੋਊਗਾ ਬਿਲਕੁਲ ਜਦੋਂ ਇਹ ਖਤਮ ਹੋ ਗਿਆ ਉਦੋਂ ਬਾਅਦ ਅਸੀਂ ਜਿਹੜਾ ਗੈਸ ਹੈ ਬੰਦ ਕਰ ਦਾਂਗੇ ਹੁਣ ਇਸ ਸਟੇਜ 'ਤੇ ਅਸੀਂ ਢੱਕ ਕੇ ਪਕਾਵਾਂਗੇ ਪਹਿਲਾਂ ਬਿਨਾਂ ਢੱਕੇ ਪਕਾਏ ਫਰੈਂਡਸ ਹੁਣ ਅਸੀਂ ਜਿਹੜੀਆਂ ਇਹਦੀਆਂ ਸਾਡੀ ਆਪਣੀ ਕਿਸ਼ਮਿਸ਼ ਹੈ ਉਹ ਪਾ ਦਾਂਗੇ ਵਿੱਚ ਅਤੇ ਮੈਂ ਇਸੇ ਤਰ੍ਹਾਂ ਹੀ ਰੱਖ ਦਾਂਗੇ ਫਰੈਂਡਸ ਇਹਨਾਂ ਨੂੰ ਚੌਲਾਂ ਨੂੰ ਇਸ ਤਰ੍ਹਾਂ ਪਿਆਂ ਨੂੰ ਅੱਧਾ ਘੰਟਾ ਹੋ ਗਿਆ ਜਿਹੜੇ ਸਾਡੇ ਚਾਵਲ ਨੇ ਭਾਫ ਦੇ ਉੱਤੇ ਯਾਨੀ ਕਿ ਦਮ ਦੇ ਉੱਤੇ ਬਿਲਕੁਲ ਪੱਕ ਚੁੱਕੇ ਨੇ ਦੇਖੋ ਬਿਲਕੁਲ ਖਿਲੇ ਖਿਲੇ ਬਣੇ ਨੇ ਹੁਣ ਅਸੀਂ ਇਹਨਾਂ ਨੂੰ ਜਿਹੜੀਆਂ ਪਾ ਕੇ ਆਪਣੀਆਂ ਚੈਰੀ ਪਾ ਕੇ ਇਹਨਾਂ ਨੂੰ ਇੱਦਾਂ ਹੀ ਡੈਕੋਰੇਟ ਕਰਾਂਗੇ ਚਿਹਰੇ ਫਰੈਂਡਸ ਇਹ ਚਾਵਲ ਆਪਣੇ ਜੀਰੀ ਲਾਉਂਦੇ ਨੇ ਆਪਾਂ ਉਹਨਾਂ ਨੂੰ ਖਵਾ ਕੇ ਆਉਣੇ ਨੇ ਤੁਸੀਂ ਵੀਡੀਓ ਪਲੀਜ਼ ਐਂਡ ਤੱਕ ਦੇਖੋ ਆਪਾਂ ਉਹਨਾਂ ਨੂੰ ਚਾਵਲ ਖਵਾਵਾਂਗੇ ਜਾ ਕੇ ਚਾਵਲ ਨੇ ਆਪਣੇ ਪੱਕ ਗਏ ਇਹ ਜਿਹੜੇ ਮੈਂ ਚਾਵਲ ਲੈ ਕੇ ਜਾ ਰਹੀ ਹਾਂ ਉਹਨਾਂ ਵਾਸਤੇ ਲੈ ਕੇ ਜਾ ਰਹੀ ਹਾਂ ਜਿਹੜੇ ਆਪਣੇ ਝੋਨਾ ਲਾ ਰਹੀਆਂ ਨੇ ਲੇਬਰ ਨੇ ਜਿਹੜੀ ਆਪਣੇ ਪਿੰਡ ਦੀ ਹੈਗੀ ਉਹਨਾਂ ਵਾਸਤੇ ਮੈਂ ਚਾਵਲ ਲੈ ਕੇ ਜਾ ਰਹੀ ਹਾਂ ਉਹਨਾਂ ਨੂੰ ਖਵਾਉਣੇ ਨੇ ਜੀ ਚਾਵਲ ਜਾ ਕੇ ਖੇਤ ਜਿਹੜੇ ਚਾਵਲ ਨੇ ਮੈਂ ਇਹਨਾਂ ਨੂੰ ਪਰੋਸ ਦਿੱਤੇ ਨੇ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਥੈਂਕਸ ਫਾਰ ਵਾਚਿੰਗ